ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਝੋਨੇ ਦੀ ਵਾਢੀ ਦਾ ਜਿਹੜਾ ਸੀਜ਼ਨਲ ਲਵਾਈ ਦੇ ਅਨੁਸਾਰ ਜਿਹੜਾ ਹੁਣ ਜ਼ੋਰ ਨਾਲ ਚੱਲਣਾ ਪਹਿਲਾਂ ਏਦੋਂ ਪਹਿਲਾਂ ਜਿਹੜੇ ਗਿੱਤੇ ਬਾਸਮਤੀ ਵੱਡੇ ਗਏ ਉਹਨਾਂ ਨੂੰ ਕਾਫੀ ਸਮਾਂ ਹੋ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਨੋਰਮਲ ਲਵਾਈ ਵਾਲਾ ਬਾਸਮਤੀ ਜਾਂ ਮਿਰਲਾ ਟਾਵਾ ਜਿਹੜਾ ਝੋਨਾ ਉਹਦੀ ਵੀ ਵਾਢੀ ਸ਼ੁਰੂ ਹੋਈ ਵਿੱਚੇ ਹਾਈਬ੍ਰਿਡ ਹੈ ਜਾਂ ਘੱਟ ਸਮੇਂ ਵਾਲੀਆਂ ਝੋਨੇ ਦੀਆਂ ਕਿਸਮਾਂ ਨੇ ਉਹਦੇ ਵਿੱਚ ਰਲਮ ਮਿਲਮਾ ਜਿਹੜਾ ਹੈਗਾ ਫੀਡਬੈਕ ਹੈ ਕਈ ਥਾਵਾਂ ਤੇ ਚੜ ਚੰਗਾ ਕਈ ਥਾਵਾਂ ਤੇ ਘਟਾ ਖਾਸ ਤੌਰ ਤੇ ਗੇਤੇ ਬਾਸਮਤੀ ਦਾ ਘਟ ਰਿਹਾ ਮਾਝੇ ਏਰੀਆ ਚ ਪਿਛਲੇ ਸਮੇਂ ਦੇ ਦੌਰਾਨ ਮੀਂਹ ਚੱਕੜ ਤੇਜ਼ ਹਵਾਵਾਂ ਦੇ ਨਾਲ ਕਾਫੀ ਫਸਲ ਦਾ ਨੁਕਸਾਨ ਹੋਇਆ ਮੌਸਮ ਦਾ ਇੱਕ ਫੈਕਟਰ ਰਹਿੰਦਾ ਉਹਦੇ ਅਨੁਸਾਰ ਹੀ ਆਪਾਂ ਜਿਹੜੀ ਲਵਾਈ ਦੀ ਮਿੱਟੀ ਜਿਹੜੀ ਤੈਅ ਕਰਦੇ ਹਾਂ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਵੀ ਹੁੰਦੇ ਆ ਤੇ ਕਿਸਾਨ ਵੀਰਾਂ ਨੂੰ ਵੀ ਪੱਲੀ ਪਾਂਦ ਪਤਾ ਕਿ ਕਿਹੜੀ ਕਿਸਮਾ ਕਦੋਂ ਉਹਦੀ ਲਵਾਈ ਕਰਨੀ ਕਦੋਂ ਉਹਦੀ ਪਨੀਰੀ ਭੇਜਣੀ ਹੈ ਜੇ ਆਪਾਂ ਅਗੇ ਤਪਸ਼ੀਤ ਕਰਦੇ ਆ ਮੌਸਮ ਜਿਹੜੀ ਹੈਗੀ ਆ ਖਾਸ ਤੌਰ ਤੇ ਜਦੋਂ ਫਸਲ ਨੇ ਨਿਸਰਨਾ ਗੋਭ ਤੋਂ ਲੈ ਕੇ ਨਸਾਰਾ ਕੰਪਲੀਟ ਹੋਣ ਤੱਕ ਉਹ ਚੀਜ਼ ਜਿਹੜੀ ਹੈਗੀ ਖਾਸ ਤੌਰ ਤੇ ਟੈਂਪਰੇਚਰ ਦਾ ਬੜਾ ਪ੍ਰਭਾਵ ਰਹਿੰਦਾ ਹੈ ਮੌਇਸਚਰ ਸਟ੍ਰੈਸ ਦਾ ਬੜਾ ਪ੍ਰਭਾਵ ਰਹਿੰਦਾ ਹੁਣ ਜਿਹੜਾ ਝਾੜ ਘਟਣਾ ਜਾਂ ਚੰਗਾ ਝਾੜ ਲੈਣਾ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਹੁਣਾਂ ਕਿ ਮੌਸਮ ਇਹ ਵੀ ਆਪਣੇ ਕੰਟਰੋਲ 'ਚ ਨਹੀਂ ਹੈ ਬਾਕੀ ਕਈ ਧਾਵਾਂ ਦੇ ਉੱਤੇ ਜ਼ਮੀਨਾਂ ਦੇ ਵਿੱਚ ਖਾਰਾਪਣ ਜਾਂ ਸ਼ੂਰਾਪਣ ਕਰਾਟੀਆਂ ਜ਼ਮੀਨਾਂ ਪਾਣੀ ਦੀ ਕੁਆਲਿਟੀ ਮਾੜੀ ਉਹ ਤਾਂ ਦਿਨੋ-ਦਿਨ ਹੌਲੀ-ਹੌਲੀ ਹੌਲੀ ਜਿਹੜੀ ਹੈਗੀ ਉਹ ਮਾੜੀ ਹੁੰਦੀ ਜਾ ਰਹੀ ਹੈ ਕਿਉਂਕਿ ਪਾਣੀ ਡੂੰਘੇ ਹੈ ਤੇ ਨਾਲ ਥੱਲੇ ਜਿਹੜੀਆਂ ਹੈਗੀਆਂ ਆ ਰੌਕਸ ਨੇ ਜਿਹੜੀਆਂ ਥੱਲੇ ਚਟਾਨਾ ਥੱਲੇ ਵਾਲੀਆਂ ਆ ਜਾਂਦੀਆਂ ਨੇ ਤੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਜਦੋਂ ਪਹੁੰਚ ਕਰਦੇ ਉਹ ਪਾਣੀ ਦੇ ਵਿੱਚ ਨਾਲ ਜਿਹੜੀਆਂ ਹੈਗੀਆਂ ਹੈਵੀ ਮੈਟਲ ਖਰਨੀਆਂ ਜਾਂ ਜਦੋਂ ਉੱਪਰੋਂ ਡਾਊਨ ਜਿਹੜੀ ਲੀਡਾਉਨ ਹੁੰਦਾ ਜਾਂ ਸੀ ਪੇਜ ਹੁੰਦੀ ਹੈ ਉਹ ਜਿਹੜਾ ਵੱਖਰਾ ਵਿਸ਼ਾ ਇੱਕ ਡਿਸਕਸ਼ਨ ਹੁੰਦਾ ਕਿ ਪਾਣੀ ਦੀ ਕੁਆਲਿਟੀ ਜਿਹੜੀ ਦਿਨੋਂ ਦਿਨ ਖਰਾਬ ਹੋ ਰਹੀ ਆ ਖਾਸ ਤੌਰ ਤੇ ਜਿਹੜੀ ਆਪਣੀ ਦੇਖਭਾਲ ਕਿਉਂਕਿ ਆਪਣੇ ਵਾਸਤੇ ਤਾਂ ਇਹੀ ਰਹਿ ਜਾਂਦਾ ਬਾਅਦ ਚ ਉਹਦੇ ਵਿੱਚ ਮੈਂ ਪਹਿਲਾਂ ਵੀ ਬੇਨਤੀਆਂ ਵਾਰ-ਵਾਰ ਕਰਦਾ ਹੁੰਨਾ ਝੋਨੇ ਦੇ ਵਿੱਚ ਆਪਾਂ ਨੂੰ ਵਾਧੂ ਖਰਚੇ ਦੀ ਲੋੜ ਨਹੀਂ ਹੁੰਦੀ ਸਿਰਫ ਤੇ ਸਿਰਫ ਐਨਪੀਕੇ ਜ਼ਿੰਕ ਸਲਫਰ ਤੱਤ ਇਨ ਨਾਲ ਖਾਸ ਧਿਆਨ ਦੇਣ ਦੀ ਜਰੂਰ ਹੁੰਦੀ ਜਰੂਰਤ ਹੁੰਦੀ ਹੈ ਜ਼ਮੀਨਾਂ ਜਿਹੜੀਆਂ ਹੈਗੀਆਂ ਖਾਸ ਤੌਰ ਤੇ ਦਰਮਿਆਨੇ ਤੋਂ ਹਲਕੇ ਪਣ ਚਾ ਉੱਥੇ ਲੋਹਾ ਤੱਤ ਦੀ ਵੀ ਜ਼ਰੂਰਤ ਹੁੰਦੀ ਆ ਤੇ ਗੋਬ ਟਾਈਮ ਜਿਹੜੀ ਹੈਗੀ ਆ ਆਪਾਂ ਐਨ ਪੀ ਕੇ ਖਾਸ ਤੌਰ ਤੇ ਜਿਹੜੀ ਫੋਕ ਘਟਾਉਣ ਵਾਸਤੇ ਆਮ ਤੌਰ ਤੇ ਆਪਾਂ ਇਹਨੂੰ ਤਰਜੀਹ ਨਹੀਂ ਦਿੰਦੇ ਪਰ ਇਹ ਗੱਲਾਂ ਨੇ ਜਿਹੜੀਆਂ ਬੜੀਆਂ ਮੈਟਰ ਕਰਦੀਆਂ ਜਿੱਥੇ ਤੁਸੀਂ ਹੁਣ ਖਾਸ ਤੌਰ ਤੇ ਜਿਵੇਂ ਬਾਸਮਤੀ ਦਾ ਲੈ ਲੀਏ ਜਾਂ ਪੀਆ 131 ਵਰਗੇ ਹੀ ਕਿਸਾਨ ਉਹ ਹੀ ਲੈਣੇ ਕਿਹਾ ਕਿ ਸਾਡੇ ਲੰਬਾਈ ਉਚਾਈ ਜ਼ਿਆਦਾ ਹੋਗੀ ਤੇ ਡਿਗ ਪਿਆ ਡਿਗਦਾ ਹੈ ਕਿਸਮ ਡਿਗਦੀ ਹੈ ਇਹ ਡਿਗਦੀ ਨਹੀਂ ਹੈ ਕਿਸਮ ਡਿਗਦੀ ਉੱਥੇ ਹੈ ਜਿੱਥੇ ਤੁਸੀਂ ਯੂਰੀਆ ਜਿਹੜੀ 4 ਗੱਟਿਆਂ ਤੱਕ ਪਹੁੰਚ ਗਏ 2 ਗੱਟਿਆਂ ਦੀ ਸਵਾਰਸ਼ਾ 2 ਥੈਲਿਆਂ ਦੀ ਸਵਾਰਸ਼ਾ 30 35 ਕਿਲੋ ਦੀਆਂ ਕਸ਼ਤਾਂ ਤਿੰਨ ਵਾਰ ਉਹ ਵੀ ਪਹਿਲੀ 7 ਦਿਨਾਂ 'ਚ ਦੂਜੀ 21 ਦਿਨਾਂ ਤੇ ਫਿਰ 42 ਦਿਨਾਂ ਤੇ ਉਹ ਵੀ ਆਪਾਂ ਪਹਿਲਾਂ ਪੂਰਾ ਕਰਦੇ ਜਾਂ ਵੱਧ ਘਟ ਹੋ ਜਾਂਦੀ ਹੈ ਜਿਹੜੀ ਯੂਰੀਆ ਦਾ ਪਾਉਣ ਦਾ ਤਰੀਕਾ ਤੇ ਉਹਦੀ ਮਾਤਰਾ ਇਹ ਵੀ ਵੱਡਾ ਪ੍ਰਭਾਵ ਛਾੜ ਤੇ ਪਾਉਂਦੀ ਬਾਸਮਤੀ ਤੁਸੀਂ ਦੇਖ ਲਓ ਬਾਸਮਤੀ 'ਚ ਬਹੁਤ ਵਿਰਲਾ ਕੋਈ ਕਿਸਾਨ ਵੀਰ ਹੋ ਜਿਹੜੀ ਸਫਾਰਸ਼ ਅਨੁਸਾਰ ਯੂਰੀਆ ਪਾਉਂਦਾ ਜਿਹੜਾ ਗੱਟਾ ਡੇਢ ਗੱਟਾ ਵੱਧ ਤੋਂ ਵੱਧ ਚਾਹੀਦਾ ਹੁੰਦਾ ਚਾਹੇ ਕੋਈ ਵੀ ਕਿਸਮਾ ਪੌਣੇ ਦੋ ਹੱਦ ਦਾ ਤੇ ਆਪਾਂ ਤਿੰਨ ਚਾਰ ਤੁਸੀਂ ਥੱਲੇ ਕਮੈਂਟ ਕਰਕੇ ਵੀ ਦੱਸ ਦੇ ਯੂਰੀਆ ਤੁਸੀਂ ਕਿੰਨੀ ਕਿੰਨੀ ਪਾਈ ਸੀ ਬਾਸਮਤੀ ਦੇ ਵਿੱਚ ਜਦੋਂ ਤੁਸੀਂ ਯੂਰੀਆ ਵੱਧ ਪਾਉਂਗੇ ਉਹਨੇ ਡਿੱਗਣਾ ਵੀ ਆ ਉਹ ਚ ਫੋਕ ਵੀ ਪਾਣੀ ਉਹ ਚ ਬਿਮਾਰੀ ਵੀ ਆਉਣੀ ਹੈ ਤੇ ਗੋਭ ਦੀ ਸੁੰਡੀ ਵੀ ਵੱਧ ਪੈਂਦੀ ਹੈ ਜਿੱਥੇ ਤੁਸੀਂ ਯੂਰੀਆ ਵੱਧ ਪਾਉਨੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਪਤਾ ਲੱਗੂਗੇ ਜਿਹੜੇ ਘਾਟਾਂ ਤੱਤਾਂ ਦੀਆਂ ਆ ਰਹੀਆਂ ਨੇ ਦਿਨੋਂ ਦਿਨ ਆਪਾਂ ਨੂੰ ਚਾਈ ਦੇ ਵੀ ਜ਼ਰੂਰੀ ਆ ਖਾਸ ਤੌਰ ਤੇ ਜ਼ਿੰਕ ਕਹਿ ਲਈਏ ਜਾਂ ਲੋਹਾ ਤੱਤ ਕਹਿ ਲਈਏ ਜਾਂ ਆਪਾਂ ਕਹਿ ਲਈਏ ਕਿ ਜਿਹੜਾ ਐਨਪੀਕੇ ਦੇ ਵਿੱਚ ਪੋਟਾਸ਼ ਤੱਤ ਪੋਟਾਸ਼ ਤੱਤ ਦੀ ਮਤ ਹੁਣ ਕਿਸਾਨ ਵੀਰਾਂ ਨੇ ਜ਼ਿੰਕ ਵੀ ਸਪਰੇਅ ਕੀਤੀ ਕਿ ਇਹਨਾਂ ਚਲੇਟਰਡ ਕਰ ਲਈ ਕਿਹੇ ਨੇ ਜਿਹੜੀ ਉਹ ਲਿਕਵਿਡ ਜ਼ਿੰਕ ਆਉਂਦੀ ਹੈ ਜ਼ਿੰਕ ਆਕਸਾਈਡ ਉਹ ਵਰਤੀ ਗਏ ਆ ਜਿਹੜੀ ਮੈਂ ਕਹਿੰਦਾ ਹੁਣ ਲੋਹਾ ਤੱਤ ਜ਼ਿੰਕ ਤੱਤ ਕਲੀ ਦਾ ਪਾਣੀ ਯੂਰੀਆ ਉਹਦੀਆਂ ਸਪਰੇਅ ਮੈਂ ਬਾਰ ਬਾਰ ਕਹਿੰਦਾ ਰਿਹਾ ਖਰਚਾ ਆਪਣਾ ਹੈ ਨਹੀਂਗਾ ਖੇਚੇ ਵਾਲਾ ਦੋ ਤੋਂ ਤਿੰਨ ਸਪਰੇਅ ਜਿੱਥੇ ਕਿਸਾਨ ਵੀਰਾਂ ਨੇ ਕੀਤੀਆਂ ਫੋਟ ਵੀ ਵਧੀਆ ਫੋਕ ਵੀ ਘਟਾਉ ਦਾਣਾ ਵੀ ਨਿਕਰ ਹੋਊਗਾ ਗੋਬ ਟਾਈਮ ਐਨਪੀਕੇ 13045 ਜ਼ਰੂਰਤ ਅਨਸਾਰ ਇੱਕ ਕੁੱਲੀ ਨਾਸ਼ਕ ਉਹ ਤੋਂ ਆਪਾਂ ਨਾਲ ਕਰ ਸਕਦੇ ਆ ਜੇ ਗੋਬ ਵਾਲੀ ਸੁੰਡੀ ਹੈਗੀ ਬਾਸਮਤੀ ਜੀ ਖਾਸ ਤੌਰ ਤੇ ਉਹ ਪਹਿਲਾਂ ਜ਼ਰੂਰਤ ਹੁੰਦੀ ਹੈ ਗੋਬ ਤੋਂ 10-15 ਦਿਨ ਪਹਿਲਾਂ ਜੇ ਆਪਣੇ ਕੰਟਰੋਲ ਚ ਫਿਰ ਚਿੱਟੀ ਮੁੰਜਰ ਨੇ ਨਿਕਲਦੀ ਹੁੰਦੀਗੀ ਇੰਨਾਂ ਗੱਲਾਂ ਦਾ ਜਿੱਥੇ ਕਿਸਾਨ ਵੀਰਾਂ ਨੇ ਖਿਆਲ ਰੱਖਿਆ ਖਾਸ ਤੌਰ ਤੇ ਜਿੱਥੇ ਪਾਣੀ ਦੀ ਜਿੱਥੇ ਫੋਰ ਟਾਈਮ ਆਪਾਂ ਪਾਣੀ ਖੜਾਈ ਰੱਖਦੇ ਮੁੜ ਕੇ ਆਪਾਂ ਹਵਾ ਲਵਾਉਣ ਲੱਗ ਪੈਨੇ ਇਹ ਗੱਲਾਂ ਖਾਸ ਤੌਰ ਤੇ ਧਿਆਨ ਮੰਗਦੀਆਂ ਨੇ ਜਿੱਥੇ ਕਿਸਾਨ ਵੀਰਾਂ ਨੇ ਬਿਲਕੁਲ ਸੰਤੁਲਿਤ ਖਾਦ ਸੰਤੁਲਿਤ ਪਾਣੀ ਦੀ ਵਰਤੋਂ ਤੇ ਸੰਤੁਲਿਤ ਝਾੜ ਤੁਹਾਡਾ ਬੰਪਰ ਰਹੂਗਾ ਜਿੱਥੇ ਜਿਹੜਾ ਹੈਗਾ ਆਪਾਂ ਸਪਰੇਅ ਕਰਨ ਤੋਂ ਚੱਲਦੇ ਆਂ ਜਾਂ ਆਪਾਂ ਜ਼ਿੰਕ ਤੇ ਪोटाश ਖਾਸ ਤੌਰ ਤੇ ਜਿੱਥੇ ਉਹਦੇ ਆਪਾਂ ਨਹੀਂ ਜ਼ਰੂਰਤ ਸਮਝੀ ਜਾਂ ਐਨਪੀਕੇ ਗੋਟਾ ਨਹੀਂ ਕੀਤੀ ਉੱਥੇ ਤੁਹਾਡੇ ਝਾੜ ਡਾਊਨ ਵੱਜਣ ਦੇ ਪੂਰੇ ਪੂਰੇ ਅਸਾਰ ਆ ਬਾਕੀ ਆਪਣੀ ਤਾਂ ਇਹ ਹੀ ਆਪਾਂ ਬਹੁਤ ਮੂਰੇ ਅਰਦਾਸ ਆ ਕਿ ਸਾਰੇ ਕਿਸਾਨ ਵੀ ਰਹਿੰਦਾ ਝਾੜ ਬੰਪਰ ਰਹੇ ਕਿਸਾਨ ਖੁਸ਼ਹਾਲ ਤਾਂ ਦੇਸ਼ ਖਿਸ਼ਾਰ ਰਹਿੰਦਾ ਖੁਸ਼ ਰਹੋ ਆਬਾਦ ਰਹੋ ਬਹੁਤ ਬਹੁਤ ਧੰਨਵਾਦ